ਫੁੱਲ ਤੋੜ ਕੇ ਕਦੇ ਨਹੀਂ ਖਾਂਦੇ ਭੌਰ ਭੁੱਖੇ ਵਾਸ਼ਨਾ ਦੇ। ਸੱਜਣ ਪਿਆਰਿਓ ਅਤੇ ਮਾਂ ਦੇ ਦੁਲਾਰਿਓ, ਮੈਂ ਤੁਹਾਡਾ ਆਪਣਾ ਬਲਵਿੰਦਰ ਰੱਖਿਆਲੀ। ਦੋਸਤੋ, ਅੱਜ ਜਿਹੜੇ ਇਸ ਖੂਬਸੂਰਤ ਪੌਦੇ ਨਾਲ ਤੁਹਾਡੀ ਜਾਣ ਪਛਾਣ ਕਰਾ ਰਿਹਾ, ਜਿਹੜਾ ਤੁਸੀਂ ਵੀਡੀਓ 'ਚ ਦੇਖ ਰਹੇ ਹੋ, ਮਿੱਤਰੋ ਇਹਨੂੰ ਕਾਮਨੀ ਕਹਿੰਦੇ ਆ, ਔਰੰਜ ਜੈਸਮੀਨ ਵੀ ਕਹਿੰਦੇ ਆ, ਔਰ ਇਹਦਾ ਵਿਗਿਆਨਿਕ ਨਾਂ ਮਰਾਇਆ ਪੈਨੂਕਲੇਟਾ। ਬਹੁਤ ਜ਼ਿਆਦਾ ਲੋਕ ਇਹਨੂੰ ਜਦੋਂ ਨਰਸਰੀਆਂ 'ਚ ਜਾਂਦੇ ਆ ਤਾਂ ਮਰਾਇਆ ਦੇ ਨਾਂ ਹੇਠ ਦਿੰਦੇ ਆ, ਪਰ ਇਹਨੂੰ ਜ਼ਿਆਦਾਤਰ ਲੋਕ ਸਿਰਫ ਦੇ ਸਿਰਫ ਹੈੱਜ ਬਣਾਉਣ ਲਈ ਵਾੜ ਦੇ ਵਜੋਂ ਵਰਤਦੇ ਆ। ਅਤੇ ਇਹ ਮੇਰੇ ਆਪਣੇ ਘਰ ਐਜ਼ ਬੋਨਸਾਈ ਵਾਂਗ ਬਣਿਆ ਹੋਇਆ, ਤੁਸੀਂ ਜਿੱਦਾਂ ਕਿ ਦੇਖ ਰਹੇ ਹੋ। ਇਹਦੇ ਫੁੱਲ ਤਾਂ ਤੁਸੀਂ ਦੇਖ ਰਹੇ ਹੋ, ਪਰ ਇਹਦੀ ਜਿਹੜੀ ਮਹਿਕ ਹੈ ਉਹ ਬਸ ਮੈਂ ਉਹਦੇ ਬਾਰੇ ਭਾਵਨਾਵਾਂ ਹੀ ਪ੍ਰਗਟ ਕਰ ਸਕਦਾ, ਤੁਹਾਡੇ ਤੱਕ ਪਹੁੰਚਾ ਨਹੀਂ ਸਕਦਾ। ਬਸ ਇੰਨਾ ਜ਼ਰੂਰ ਹੈ ਕਿ ਇਹ ਤੁਹਾਡਾ ਇੱਕੋ ਪੌਦਾ, ਚਾਹੇ ਤੁਹਾਡੇ ਗਮਲੇ 'ਚ ਲੱਗਾ ਜਾਂ ਜ਼ਮੀਨ 'ਚ ਲੱਗਾ, ਜਿਹੜੀ ਇਹਦੀ ਹਲਕੀ ਹਲਕੀ ਮਹਿਕ ਆ ਉਹ ਘਰ 'ਚ ਅਲੱਗ ਹੀ ਆਨੰਦ ਬਣਾ ਦਿੰਦਾ। ਔਰ ਇਹਨੂੰ ਜੇ ਤੁਸੀਂ ਜ਼ਮੀਨ 'ਚ ਲਾ ਕੇ ਰੱਖੋ ਤਾਂ ਈਵਨ ਛੋਟਾ ਜਿਹਾ ਇੱਕ ਦਰਖਤ ਦਾ ਰੂਪ ਵੀ ਲੈ ਲੈਂਦਾ। ਜੇ ਤੁਸੀਂ ਗਮਲੇ 'ਚ ਲਾ ਕੇ ਰੱਖੋ ਤਾਂ ਖੂਬਸੂਰਤੀ ਦੀ ਖੂਬਸੂਰਤੀ ਹੈ, ਮਹਿਕਾਂ ਦੀਆਂ ਮਹਿਕਾਂ ਨੇ, ਬੋਨਸਾਈ ਦਾ ਬੋਨਸਾਈ ਹੈ। ਜ਼ਰੂਰੀ ਨਹੀਂ ਹੁੰਦਾ ਵੀ ਹਰ ਪੌਦੇ ਨੂੰ ਬੋਨਸਾਈ ਬਣਾਉਣਾ, ਵੈਸੇ ਵੀ ਤੁਸੀਂ ਇਹਨੂੰ ਵੱਡੇ ਗਮਲੇ 'ਚ ਲਾ ਕੇ ਵੀ ਇਹਦੀ ਜਿਹੜੀਆਂ ਮਹਿਕਾਂ ਦਾ ਫੁੱਲਾਂ ਦਾ ਆਨੰਦ ਲੈ ਸਕਦੇ ਹੋ। ਮੈਂ ਤਾਂ ਸਵੇਰੇ ਸਵੇਰੇ ਬੈਠਾ ਚਾਹ ਪੀ ਰਿਹਾ ਸੀ ਅਤੇ ਮਹਿਕ ਨੂੰ ਮਾਣ ਰਿਹਾ ਸੀ, ਸੋਚਿਆ ਆਪ ਸਾਹਿਬ ਸੱਜਣਾ ਦੇ ਰੂਬਰੂ ਕਰਾ ਰਿਹਾ ਇਹ ਪੌਦਾ। ਬੜਾ ਅਣਗਾਲ ਲਿਆ ਜਿਹਾ ਪੌਦਾ ਜਿਹਨੂੰ ਸਿਰਫ ਵਾੜ ਲਈ ਵਰਤਿਆ ਜਾਂਦਾ, ਅਤੇ ਤੁਸੀਂ ਇਹਨੂੰ ਗਮਲਿਆਂ 'ਚ ਲਾ ਕੇ ਬੜਾ ਸੋਹਣਾ ਖੂਬਸੂਰਤ ਜਿਹੜਾ ਘਰ 'ਚ ਆਪਣੀ ਘਰ ਦੀ ਖੂਬਸੂਰਤੀ 'ਚ ਵਾਧਾ ਕਰ ਸਕਦੇ ਹੋ। ਸੋ ਫਿਰ ਮਿਲਦੇ ਹਾਂ ਕਿਸੇ ਟਾਈਮ, ਮਿਲਦੇ ਹਾਂ ਫਿਰ ਕਿਸੇ ਦਿਨ ਫਿਰ ਕਿਸੇ ਹੋਰ ਖੂਬਸੂਰਤ ਜਿਹੇ ਰੁੱਖ ਫੁੱਲ ਪੌਦੇ ਬਾਗ ਬਗੀਚੇ ਦਾ। ਤਦ ਤੱਕ ਲਈ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਵੰਨ ਸੁਵੰਨੇ ਫੁੱਲ ਬੂਟੇ ਲਾਉਂਦੇ ਰਹੋ ਅਤੇ ਪਹਿਲਾਂ ਲੱਗਿਆਂ ਨੂੰ ਬਚਾਉਂਦੇ ਰਹੋ। ਰੱਬ ਰਾਖਾ।